ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੋ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਸਭ ਨੂੰ ਕਰਾਉਣ ਜਾ ਰਿਹਾ ਜਮਾਤ ਪੰਜਵੀਂ ਵਿਸ਼ਾ ਪੰਜਾਬੀ ਪਹਿਲੀ ਭਾਸ਼ਾ ਤਾਂ ਇਹ ਜੋ ਹੈ ਤੁਹਾਡੇ ਜੋ ਪੰਜਾਬੀ ਦੇ ਪੇਪਰ ਹੋਣਗੇ ਉਹਨਾਂ ਦੇ ਲਈ ਹੈ ਇਹ ਤਾਂ ਪੰਜਾਬੀ ਦੇ ਵਿੱਚ ਜੋ ਲਾਈਕ ਤੁਹਾਨੂੰ ਕਈ ਕੁਐਸਚਨ ਪਹਿਲਾਂ ਤੋਂ ਹੀ ਐਵੇਂ ਪਤਾ ਚੱਲ ਸਕਦੇ ਹਨ ਕਿ ਜੋ ਤੁਹਾਡੇ ਪੇਪਰ ਵਿੱਚ ਆ ਸਕਦੇ ਹਨ ਇਹ ਸਾਰੇ ਇੰਪੋਰਟੈਂਟ ਕੁਐਸਚਨ ਸਾਡੇ ਐਮਸੀਕਿਊਜ਼ ਵੀ ਬਹੁਤ ਸਾਰੇ ਇੰਪੋਰਟੈਂਟ ਹਨ ਤਾਂ ਜ਼ਰੂਰ ਇਸ ਵੀਡੀਓ ਨੂੰ ਦੇਖਿਓ ਕਿਉਂਕਿ ਤੁਹਾਡਾ ਪੂਰਾ ਸਿਲੇਬਸ ਹੀ ਆਵੇਗਾ ਤਾਂ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਾ ਕੇ ਸ਼ੁਰੂ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਵਿਕਲਪਾਂ ਵਿੱਚੋਂ ਪ੍ਰਸ਼ਨਾਂ ਦੇ ਉੱਤਰ ਦਿਓ ਤਾਂ ਇਹ ਪੈਰਾ ਤੁਸੀਂ ਵੀਡੀਓ ਪਾਸ ਕਰਕੇ ਪੜ੍ਹ ਸਕਦੇ ਹੋ ਆਪਾਂ ਚੱਲਾਗੇ ਉੱਤਰਾਂ ਦੇ ਉੱਤੇ ਪਰ ਉਸ ਤੋਂ ਪਹਿਲਾਂ ਜੇ ਤੁਹਾਨੂੰ ਹਜ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੋ ਗਾਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤਾਂ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਪ੍ਰਸ਼ਨ 1 ਉਪਰੋਕਤ ਪੈਰਾ ਕਿਹੜੇ ਪਾਠ ਵਿੱਚੋਂ ਲਿਆ ਗਿਆ ਹੈ? ਤਾਂ ਇਸ ਉੱਤਰ ਹੈ ਈੜੀ ਗਤਕਾ। ਪ੍ਰਸ਼ਨ 2 ਗਤਕਾ ਸ਼ਬਦ ਕਿਹੜੇ ਸ਼ਬਦ ਤੋਂ ਬਣਿਆ ਹੈ? ਤਾਂ ਇਸ ਉੱਤਰ ਹੈ ਐੜਾ ਖੁੱਤਕਾ। ਪ੍ਰਸ਼ਨ 3 ਗਤਕੇ ਵਿੱਚ ਕੁਸ਼ਤੀ ਵਾਂਗ ਕੀ ਚੱਲਦਾ ਹੈ? ਤਾਂ ਇਸ ਉੱਤਰ ਉੜਾ ਉਸਤਾਦ ਦੀ ਸ਼ਗਿਰਦੀ। ਪ੍ਰਸ਼ਨ 4 ਉਸਤਾਦ ਕੁਝ ਰਸਮਾਂ ਕਰਕੇ ਬੱਚੇ ਨੂੰ ਕੀ ਬਣਾਉਂਦੇ ਹਨ? ਤਾਂ ਇਸ ਉੱਤਰ ਐੜਾ ਪੁਜੰਗੀ। ਪ੍ਰਸ਼ਨ 5 ਪੰਜ ਸਿੱਖਿਆਰਥੀ ਨੂੰ ਕਿਹੋ ਜਿਹੀ ਖੁਰਾਕ ਖਾਣ ਲਈ ਕਿਹਾ ਜਾਂਦਾ ਹੈ ਤਾਂ ਇਸਦਾ ਉੱਤਰ ਹੈ ਐਡਾ ਸ਼ਾਦੀ ਅਤੇ ਸ਼ੁੱਧ ਅੱਗੇ ਦੂਜਾ ਇਸ ਦੇ ਵਿੱਚ ਹੁਣ ਦੇਖੋ ਇੱਕ ਚਿੱਤਰ ਦਿਖਾਇਆ ਗਿਆ ਹੈ ਇਸ ਨੂੰ ਪੜ੍ਹ ਕੇ ਤੁਹਾਨੂੰ ਇਹਨਾਂ ਨੂੰ ਦੇਖ ਕੇ ਸੌਰੀ ਸੌਨੈ ਸਹੀ ਉੱਤਰ ਦੇਣੇ ਹਨ ਤੇ ਪ੍ਰਸ਼ਨ 6 ਚਿੱਤਰ ਵਿੱਚ ਕਿੰਨੀਆਂ ਕੁੜੀਆਂ ਸੂਈ ਨਾਲ ਕਢਾਈ ਕਰ ਰਹੀਆਂ ਹਨ ਤਾਂ ਇਸਦਾ ਉੱਤਰ ਹੈ 6 4 ਪ੍ਰਸ਼ਨ 7 ਖੱਬੇ ਹੱਥ ਪਹਿਲੀ ਕੁੜੀ ਕੀ ਕਰ ਰਹੀ ਹੈ ਤਾਂ ਇਸਦਾ ਉੱਤਰ ਹੈ ਕਢਾਈ ਕਰ ਰਹੀ ਹੈ उड़ा अगे प्रश्न सत खब्बे हाथ पहली कुड़ी की कर रही है ये हो गया प्रश्न अठ सजे हाथ पहली कुड़ी की कर, की है तो इसका उत्तर है ऐड़ा छिकू अगे प्रश्न नौ केडी कुड़ी अटेर रही है तो इस उत्तर तो एडा सज दूजी अगे प्रश्न दस मत्थे उत्ते टिक्के वाली कुड़ी की कर रही है तो इस उत्तर तो उड़ा कढ़ाई अगे ਨੰਬਰ 3 ਵਿਆਕਰਨ ਸਬੰਧੀ ਪ੍ਰਸ਼ਨ ਲੂੰਬੜੀ ਸ਼ਬਦ ਦਾ ਪੁਲਿੰਗ ਅਗੇ ਹੋਵੇਗਾ ਤੈਸੋ ਤਰੈ ਐਡਾ ਲੂੰਬੜ ਅਗੇ ਪ੍ਰਸ਼ਨ 12 ਕਈ ਸ਼ਬਦ ਦਾ ਬਹੁਵਚਨ ਰੂਪ ਚੁਣੋ ਤੈਸੋ ਤਰੈ ਊੜਾ ਕਹੀਆਂ ਪ੍ਰਸ਼ਨ 13 ਕਬਰਾ ਆਨਾ ਬਾਬਾ ਇਹ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੀ ਪ੍ਰਜਾ ਦੀ ਸੇਵਾ ਕਰਾਂ ਇਹ ਸ਼ਬਦ ਕਿਸਮ ਦੇ ਕਿਸ ਨੂੰ ਕਹੇ ਤੈਸੋ ਤਰੈ ਏਡੀ ਮਹਾਰਾਜ ਨੇ ਬੁੱਢੇ ਨੂੰ ਪ੍ਰਸ਼ਨ 14 ਤਪ ਸ਼ਬਦ ਦਾ ਵਿਰਾ ਦੌਰ ਤੱਕ ਵਿਰਾਹ ਵਿਰੋਧਾਰਥਕ ਸ਼ਬਦ ਚੁਣੋ ਤੈਸੋ ਤਰੈ ਏਡੀ ਛਾ ਪ੍ਰਸ਼ਨ 15 ਸ਼ੁੱਧ ਸ਼ਬਦ ਜੋੜੋ ਜੁੜੋ ਤਾਂ ਕੀ ਆਵੇਗਾ ਬੱਦਲ ਆਵੇਗਾ ਐੜਾ ਵਾਲਾ ਅੱਗੇ ਪ੍ਰਸ਼ਨ 16 ਨਿੱਕੀ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ਇਸ ਉੱਤਰ ਐੜਾ ਛੋਟੀ ਅੱਗੇ ਵਿਆਕਰਨ ਸੰਬੰਧੀ ਪ੍ਰਸ਼ਨ 2 ਨਾਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਇਸ ਉੱਤਰ ਸੱਸਾ 5 ਪ੍ਰਸ਼ਨ 18 ਪੜਨਾਵ ਸ਼ਬਦ ਕਿਹੜਾ ਹੈ ਇਸ ਉੱਤਰ ਐੜਾ ਤੂੰ ਅੱਗੇ ਪ੍ਰਸ਼ਨ 19 ਵਿਸ਼ੇਸ਼ਣ ਸ਼ਬਦ ਕਿਹੜਾ ਹੈ ਇਸ ਉੱਤਰ ਐੜਾ ਕਾਲਾ ਅੱਗੇ ਪ੍ਰਸ਼ਨ 2 ਮੈਂ ਹੁਸ਼ਿਆਰਪੁਰ ਵਿੱਚ ਰਹਿੰਦਾ ਹਾਂ ਇਸ ਵਾਕ ਵਿੱਚ ਕਿਰਿਆ ਕਿਹੜੀ ਹੈ ਤੇ ਇਸ ਉੱਤਰ ਹੈ ਰਹਿੰਦਾ ਹਾਂ ਅੱਗੇ ਪ੍ਰਸ਼ਨ 2 ਕੀ ਡੰਡੀ ਚਿੰਨ ਕਿਹੜਾ ਹੈ ਤੇ ਇਸ ਉੱਤਰ ਹੈ ਐੜਾ ਵਿੱਚ ਦੋ ਦਿਖਾਇਆ ਗਿਆ ਹੈ ਪ੍ਰਸ਼ਨ 2 ਫਾਂਸੀ ਉੱਤੇ ਝੂਲ ਜਾਣਾ ਮੁਹਾਵਰੇ ਦਾ ਕੀ ਅਰਥ ਹੈ ਤੇ ਇਸ ਉੱਤਰ ਹੈ ਕੂੜਾ ਆਪਣੀ ਜਾਨ ਵਾਰ ਦੇਣਾ ਪ੍ਰਸ਼ਨ 5 ਪਾਠ ਹੁਸਤਕ ਵਿੱਚੋਂ ਤਾਂ ਪ੍ਰਸ਼ਨ 3 ਹੈ ਇਸ ਦੇ ਵਿੱਚ ਗੱਤਗਾ ਖੇਡ ਕਿਹੜੀ 올림픽 ਖੇਡ ਦਾ ਸੁਧਰਿਆ ਰੂਪ ਹੈ ਤੈਸੋ ਉੱਤਰ ਐਡਾ ਫੈਂਸਿੰਗ ਦਾ ਪ੍ਰਸ਼ਨ 24 ਗਦਰੀ ਸ਼ਹੀਦ ਉੱਦਮ ਸਿੰਘ ਦਾ ਜਨਮ ਕਦੋਂ ਹੋਇਆ ਤੈਸੋ ਉੱਤਰ ਹੈ 26 ਦਸੰਬਰ 1899 ਅੱਗੇ ਪ੍ਰਸ਼ਨ 25 ਭਾਰਤ ਦਾ ਰਾਸ਼ਟਰੀ ਪੰਛੀ ਹੈ ਤੈਸੋ ਉੱਤਰ ਹੈ ਉੜਾ ਮੋਰ ਪ੍ਰਸ਼ਨ 26 ਸਾਂ ਸਾਡੀ ਮਾਂ ਬੋਲੀ ਕਿਹੜੀ ਹੈ ਤੈਸੋ ਉੱਤਰ ਹੈ ਐਡਾ ਪੰਜਾਬੀ ਅੱਗੇ ਪ੍ਰਸ਼ਨ 27 ਸੱਪ ਕੇ ਸਾਨ ਦਾ ਕੀ ਲੱਗਦਾ ਹੈ ਤੈਸੋ ਉੱਤਰ ਹੈ ਐਡਾ ਮਿੱਤਰ ਪ੍ਰਸ਼ਨ 28 ਕਿਹੜੀ ਫੁਲਕਾਰੀ ਵਿੱਚ ਸ਼ੀਸ਼ੇ ਦੇ ਛੋਟੇ-ਛੋਟੇ ਟੁਕੜੇ ਲੱਗੇ ਹੁੰਦੇ ਹਨ ਤੇ ਇਸ ਦਾ ਉੱਤਰ ਹੈ ਏਡੀ ਛਮਾਸ ਪ੍ਰਸ਼ਨ 29 ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਤੇ ਇਸ ਦਾ ਉੱਤਰ ਹੈ ਏਡਾ 13 ਨਵੰਬਰ 1780 ਪ੍ਰਸ਼ਨ 30 ਸਾਨੂੰ ਸਾਹ ਲੈਣ ਲਈ ਆਕਸੀਜਨ ਕਿੱਥੋਂ ਪ੍ਰਾਪਤ ਹੁੰਦੀ ਹੈ ਤੇ ਇਸ ਦਾ ਉੱਤਰ ਹੈ ਏਡਾ ਰੁੱਖਾਂ ਤੋਂ ਸੀ ਵਸਤੂ ਨੇ ਇਸ ਪ੍ਰਸ਼ਨ ਤਾਂ ਇਹ ਦੋ ਸਾਰਾ ਪੈਰਾ ਪੜ੍ਹਨਾ ਹੈ ਵੀਡੀਓ ਪਾਸ ਕਰਕੇ ਤਜੇ ਤੋ ਹਣੀ ਹਸਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਜੇ ਤੁਹਾਨੂੰ ਕੋਈ ਛੁੱਟੀਆਂ ਵਿੱਚ ਕੋਈ ਕੰਮ ਮਿਲਿਆ ਹੋਵੇ ਤਾਂ ਤੁਸੀਂ ਮੈਨੂੰ ਉਹ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਮੈਂ ਤੁਹਾਡੇ ਲਈ ਉਹ ਜ਼ਰੂਰ ਲੈ ਕੇ ਆਵਾਂਗਾ ਜੋ ਤੁਹਾਨੂੰ ਛੁੱਟੀਆਂ ਵਿੱਚ ਮਿਲਿਆ ਹੈ ਮਿਸ਼ਨ ਸਮਰਥਤਾ ਕੰਮ ਉਹ ਵੀ ਮੈਂ ਆਪਣੇ ਚੈਨਲ ਦੇ ਉੱਤੇ ਪਾ ਦਿੱਤਾ ਤੁਸੀਂ ਜਾ ਕੇ ਦੇਖ ਸਕਦੇ ਹੋ ਜਾਂ ਜੇ ਨਹੀਂ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਮੈਂ ਤੁਹਾਨੂੰ ਉਸ ਦਾ ਲਿੰਕ ਭੇਜ ਦਵਾਂਗਾ ਹੁਣ ਆਪਾਂ ਵਾਦੇ ਹਾਂ ਅੱਗੇ ਪਰਿਸ਼ਣਿਕਤੀ ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਤਿੰਨ ਦੇ 1 ਤੋਂ 17 ਵਿੱਚ ਉੱਤਰ ਦਿਓ ੳ ਕੁੰਗੜ ਬਾਗ ਕਿਹੋ ਜਿਹਾ ਹੁੰਦਾ ਹੈ ਤਾਂ ਇਸ ਉਦਰ ਕੁੰਗੜ ਬਾਗ ਦੇ ਸਿਰ ਤੇ ਮੋਟਿਆ ਤੇ ਆਉਣ ਵਾਲੇ ਹਿੱਸੇ ਤੇ ਹੀ ਕੜਾਈ ਕੀਤੀ ਜਾਂਦੀ ਹੈ ਅੱਗੇ ਅੜਾ ਚੋਪ ਕਿਹੋ ਜਿਹੀ ਫਲਕਾਰੀ ਹੈ ਤਾਂ ਇਸ ਉਦਰ ਚੋਪ ਵਿਆਹ ਦੀ ਫਲਕਾਰੀ ਹੈ ਜੋ ਚੂੜਾ ਚੜਾਉਣ ਤੋਂ ਪਹਿਲਾਂ ਦਿੱਤੀ ਜਾਂਦੀ ਹੈ ਇਸ ਦੀ ਕੜਾਈ ਖਾਸ ਗੁੰਜਲਦਾਰ ਤੋਪੇ ਨਾਲ ਕੀਤੀ ਜਾਂਦੀ ਹੈ ਈੜੀ ਤਿਲ ਪੱtre ਤੇ ਨੀਲਕ ਵਿੱਚ ਕੀ ਫਰਕ ਹੁੰਦਾ ਹੈ ਇਸ ਉਤਰ ਤੇਲ ਪੱਤਰੇ ਤੇ ਸਿੱਧੀ ਜਹੀ ਕਢਾਈ ਕੰਨਿਆ ਦੇ ਵਿਚਲੇ ਹਿੱਸੇ ਵਿੱਚ ਵਿਰਲੀ ਕਢਾਈ ਹੁੰਦੀ ਹੈ ਅਤੇ ਨੀਲਕ ਦੀ ਕਢਾਈ ਸਾਦੀ ਹੁੰਦੀ ਹੈ ਤੇ ਰੰਗ ਨੀਲਾ ਹੁੰਦਾ ਹੈ। ਸਸਾ ਚਮਾਸ ਫੁਲਕਾਰੀ ਕਹੋ ਜਹੀ ਹੁੰਦੀ ਹੈ। ਤੇ ਇਸ ਉਤਰ ਹੈ ਜਿਸ ਫੁਲਕਾਰੀ ਦੇ ਉੱਪਰ ਛੋਟੇ ਛੋਟੇ ਸ਼ਿਸ਼ਾ ਦੇ ਟੁਕੜੇ ਲੱਗੇ ਹੁੰਦੇ ਹਨ ਉਹਨਾਂ ਨੂੰ ਚਮਾਸ ਕਿਹਾ ਜਾਂਦਾ ਹੈ। ਪ੍ਰਸ਼ਨ 23 ਕਿਸੇ ਤਿੰਨ ਪ੍ਰਸ਼ਨਾਂ ਦੇ 1 2 17 ਵਿੱਚ ਉੱਤਰ ਲਿਖੋ। ਤਾਂ ਉੜਾ, ਹਲਦੀ ਤੇ ਸੋਡ ਦੇ ਸੁਭਾਅ ਵਿੱਚ ਕੀ ਫਰਕ ਹੈ? ਹਲਦੀ ਕੋਲ ਪਿਆਰ ਸੀ ਉਹ ਹਰ ਕਿਸੇ ਦੇ ਕੰਮ ਆਉਂਦੀ ਸੀ ਤੇ ਕੰਮ ਵਿੱਚ ਹੱਥ ਵਟਾਉਂਦੀ ਸੀ ਜਦ ਕਿ ਸੋਡ ਰੁੱਖੀ ਆਕੜ ਕੰਮ ਕਰਨ ਦੀ ਥਾਂ ਕੰਮ ਵਿਗਾੜਨ ਵਾਲੀ ਸੀ ਅੱਗੇ ਘਰਾਂ ਵਿੱਚ ਰੁੱਖ ਲਾਉਣ ਨਾਲ ਸਾਨੂੰ ਕੀ ਮਿਲਦਾ ਹੈ ਤਾਂ ਇਸ ਤਰ੍ਹਾਂ ਘਰਾਂ ਵਿੱਚ ਰੁੱਖ ਲਾਉਣ ਨਾਲ ਸਾਨੂੰ ਛਾਂ ਆਕਸੀਜਨ ਤੇ ਫਰਨੀਚਰ ਆਦ ਲਈ ਲੱਕੜੀ ਮਿਲਦੀ ਈੜੀ ਰੇਸ਼ਮ ਦਾ ਕਿਹੜਾ ਤਾਰਾਂ ਦੀ ਕੋਠੜੀ ਕਿਵੇਂ ਬਣਾਉਂਦਾ ਹੈ ਇਸ ਸੌਤਰ ਹੈ ਇਹ ਸ਼ਬਦਾ ਕੀੜਾ ਖਾ ਪੀ ਕੇ ਮਸਤ ਹੋ ਕੇ ਕਿਸੇ ਪੱਤੇ ਉੱਤੇ ਬੈਠ ਜਾਂਦਾ ਹੈ ਤੇ ਆਪਣੇ ਆ ਆਪਣੇ ਜਵਾੜਿਆ ਦੇ ਛੋਟੇ-ਛੋਟੇ ਸੁਰੱਖਾ ਵਿੱਚੋਂ ਇੱਕ ਤਾਰ ਕੱਢਣੀ ਸ਼ੁਰੂ ਕਰ ਦਿੰਦਾ ਹੈ ਇਸ ਤਾਰ ਨੂੰ ਉਹ ਆਪਣੇ ਸਰੀਰ ਦੇ ਆਲੇ ਲਪੇਟ ਕੇ ਇੱਕ ਕੋਠੜੀ ਜਿਹੀ ਬਣਾ ਲੈਂਦਾ ਹੈ ਸੱਸਾ ਬੁੱਢੀ ਬਾਈ ਮਹਾਰਾਜ ਨਾਲ ਪਤੀਲਾ ਕਿਉਂ ਛਵਾੜਾ ਚੋ ਦੀ ਸੀ ਤੇ ਇਸ ਸੌਤਰ ਹੈ ਬੁੱਢੀ ਬਾਈ ਮਹਾਰਾਜ ਨਾਲ ਆਪਣਾ ਪਤੀਲਾ ਇਸ ਕਰਕੇ ਛੋੜਾ ਚੌਦੀ ਸੀ ਕਿਉਂਕਿ ਉਹ ਮਹਾਰਾਜ ਨੂੰ ਫਾਰਸ ਸਬਸ ਦੀ ਸੀ ਤੇ ਇਹ ਗੱਲ ਲੋਕਾਂ ਵਿੱਚ ਆ ਪ੍ਰਚਲਿਤ ਸੀ ਕਿ ਫਾਰਸ ਨੂੰ ਛੋ ਕੇ ਤਾ ਤਾ ਛੋੜਾ ਵੱਡ ਜਾਂਦੀ ਹੈ ਹੜ ਉਹ ਆਪਣਾ ਪਤੀਲਾ ਮਹਾਰਾਜ ਨੂੰ ਛੂਆ ਕੇ ਉਸ ਨੂੰ ਸੋਨਾ ਸੋਨੇ ਦਾ ਬਣਾਉਣਾ ਚਾਹਦੀ ਸੀ ਅੱਗੇ ਪ੍ਰਸ਼ਨ ਦਿੱਤੀ ਹੈ ਲਿਖਿਆ ਵਿਸ਼ੇ ਦੀ ਸਿਰਾਰਜ ਰਾਤਵਕ ਪਰਖ ਕਰੋ ਯਾਨੀ ਜਿਸ ਤਰ੍ਹਾਂ ਮੈਂ ਮਾਈਂਡ ਮੈਪ ਕਰਦੇ ਹਾਂ درختਾਂ ਦੇ ਨਾਮ ਪੀਪਲ ਨਿਮ ਸਫੈਦਾ ਅੰਬਦ ਅਧ ਰਖਤ ਅੱਗੇ ਇਸ ਜਗ੍ਹਾ ਉੱਤੇ ਆਪਾਂ ਕਰ ਸਕਦੇ ਹੇੜਲੇ ਕੇ ਸ਼ਬਦ ਦਾ ਕਿਤੇ ਅਰਬੀ ਲਾਡ ਕਰੋ ਤੋਂ ਵੀ ਆਰ ਮਿੱਟੀ ਦੇ ਪਾਡੇ ਵੜਾੜ ਵਾਲਾ ਬੁਕਾਰ ਦੀ ਸਾਰੀ ਕਰਨ ਵਾਲਾ ਰਾਜ ਕਿਰਸਾਦ ਖੇਤੀ ਕਰੇ ਵਾਲਾ ਅੱਗੇ ਬਸਤੂਰ ਮਜ਼ਦੂਰ ਆ ਕੇ ਆਵੇਗਾ ਟੋਕਰੀ ਢੋੜ ਵਾਲਾ ਅੱਗੇ ਪ੍ਰੇਸ਼ਨ ਚੌਥੀ ਹੈਡ ਦਿੱਤੀ ਤਸਵੀਰ ਬਾਰੇ ਚਾਰ ਵਾਕ ਲਿਖੋ ਤਾਂ ਦੇਖੋ ਹੈਡ ਦਿੱਤੀ ਤਸਵੀਰ ਵਿੱਚ ਲਿਆ ਚੀਜ਼ਾਂ ਦੀ ਸੂਚੀ ਬਣਾਓ ਇਹਦਾ ਤੁਹਾਡੇ ਵਿੱਚ ਇੱਕ ਕਰ ਸਕਦੇ ਜਿਵੇਂ ਮੈਂ ਬਣਾ ਦਿੱਤੀ ਹੈ ਬੱਤਖ ਮੋਰ ਕਬੂਤਰ ਚਿੜੀਆ ਪੇੜ ਪੌਦੇ ਫੁੱਲ ਪੱਤੇ ਇਹ ਸਾਰੇ ਅੱਗੇ ਚਲਦੇ ਹਾਂ ਜਾਂ ਇਸ ਜਗ੍ਹਾ ਉੱਤੇ ਆਪਾਂ ਹੋਰ ਪਿਕ ਕੁਐਸਚਨ ਕਰ ਸਕਦੇ ਹਾਂ ਹੈਡ ਦਿੱਤਾ ਸ਼ਬਦ ਵਿੱਚ ਕਿਸੇ ਚਾਰ ਦੀ ਵਾਕਾਂ ਵਿੱਚ ਵਰਤੋ ਕਰੋ ਤਾਂ ਜਿਵੇਂ ਦਿਲਾਸਾ ਰਾਮ ਨੇ ਸ਼ਾਮ ਨੂੰ ਦਿਲਾਸਾ ਦਿੱਤਾ ਵੰਜਲੀ ਫਕੀਰ ਵੰਜਲੀ ਵਜਾ ਰਿਹਾ ਸੀ ਅਚੰਬਾ ਬੱਚਿਆਂ ਨੂੰ ਸਜਾਵਟ ਦੇਖ ਕੇ ਬਹੁਤ ਅਚੰਬਾ ਹੋਇਆ ਕੁਰਬਾਨੀ ਦੇਸ਼ ਦੀ ਖਾਤਰ ਬਹੁਤ ਸੂਰਬਿਆ ਨੇ ਆਪਣੀ ਕੁਰਬਾਨੀ ਦਿੱਤੀ ਸੁਰਾਖ ਇਸ ਪਾਈਪ ਅੰਦਰ ਬਹੁਤ ਸਾਰੇ ਸੁਰਾਖ ਹਨ ਅੱਗੇ ਪ੍ਰਸ਼ਨ 35 ਕਿਸੇ ਚਾਰ ਪ੍ਰਸ਼ਨਾਂ ਦੇ ਸੰਖੇਪ ਉੱਤਰ ਲਿਖੋ ਨਾਮ ਦੀ ਪਰਿਭਾਸ਼ਾ ਲਿਖੋ ਕਿਸੇ ਵਸਤੂ ਵਿਅਕਤੀ ਜਾਨਵਰ ਅਤੇ ਸਥਾਨ ਦੇ ਨਾਮ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਰਾਮ ਮੋਹਨ ਹੀਣਾ ਜਲੰਧਰ ਦਿੱਲੀ ਮੇਜ ਕੁੱਤਾ ਹਾਥੀ ਆਦ ਅੱਗੇ ਹੈ ਪਿਆਰੇ ਬੱਚਿਓ ਐੜਾ ਪੜਨਾਵ ਕਿਸ ਨੂੰ ਕਹਿੰਦੇ ਹਨ ਜੋ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਂੜ ਉਹੜਾ ਨੂੰ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਮੈਂ ਤੁਸੀਂ ਉਹ ਇਹ ਆਦ ਅੱਗੇ ਈੜੀ ਕਿਹੜੇ ਸ਼ਬਦ ਵਿਸ਼ੇਸ਼ਣ ਹੁਕਤੇ ਹਰਤਾ ਇਸ ਤਰ੍ਹਾਂ ਜੋ ਸ਼ਬਦ ਨਾਮ ਜਾਂ ਪੜਨਾਵ ਦੀ ਵਿਸ਼ੇਸ਼ਤਾ ਦੱਸਦਾ ਉਹੜਾ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਾਲਾ ਕੁੱਤਾ ਪਿਆਰਾ ਬੱਚਾ ਵੋਟਾ ਲੜਕਾ ਸੁਧਰ ਫੁੱਲ ਆਦ ਸਸਾ ਕਿਰਿਆ ਕਿਉਂ ਦੀ ਹੈ ਵਾਕ ਵਿੱਚ ਜੀਰਾ ਸ਼ਬਦ ਤੋਂ ਕਬ ਦੇ ਹੋੜ ਦਾ ਪਤਾ ਲੱਗਦਾ ਹੈ ਉਹਨਾਂ ਨੂੰ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਹਸਣਾ ਗੋੜਾ ਸੋੜਾ ਚੱਲਣਾ ਆਦ ਹਾ ਹਾ ਮੈਂ ਦਿੱਲੀ ਜਾਵਾਂਗਾ ਵਾਕ ਵਿੱਚ ਦਿੱਲੀ ਸ਼ਬਦ ਕੀ ਹੈ ਤੇ ਸੁੱਤਰ ਹੈ ਨਾਵ ਅੱਗੇ ਹੈ ਪ੍ਰਸ਼ਨ ਕਕਾ ਵੈ ਹਸਦਾ ਹੈ ਵਾਕ ਵਿੱਚ ਕਿਰਿਆ ਲਬ ਤੇ ਸੁੱਤਰ ਹਸਦਾ ਪ੍ਰਸ਼ਨ 36 ਆਪਣੇ ਸਕੂਲ ਦੇ ਮੁਖੀ ਅਧਿਆਪਕ ਨੂੰ ਮਾਮੇ ਦੇ ਵਿਆਹ ਤੇ ਜਾਣ ਲਈ ਛੁੱਟੀ ਲੈਣ ਲਈ ਅਰਜ਼ੀ ਲਿਖੋ ਜਾਂ ਅਖੀੜੇ ਟਹਿਬੇਲਾ ਜਾਂ ਬੇਰਾ ਸਕੂਲ ਬਾਰੇ 75 ਤੋਂ 100 ਸ਼ਬਦਾਂ ਵਿੱਚ ਐਸੇ ਲਿਖੋ ਤਾਂ ਦੇਖੋ ਇਹ ਮੇਰਾ ਸਕੂਲ ਹੈ ਮੇਰਾ ਸਕੂਲ ਦਾ ਡੈਸ਼ ਹੈ ਮੇਰੇ ਸਕੂਲ ਦੇ ਉੱਤੇ ਐਸੇ ਲਿਖਿਆ ਹੈ ਇਹ ਤਾਂ ਇਸੇ ਜਿਲ੍ਹਾ ਲਗਭਗ 300 ਬੱਚੇ ਪੜਦੇ ਹੜੇ ਮੇਰੇ ਸਕੂਲ ਵਿੱਚ 8 ਕਮਰੇ ਹੜੇ ਸਾਰੇ ਕਮਰੇ ਸਾਫ ਅਤੇ ਹਵਾਦਾਰ ਹੜੇ ਸਾਰੇ ਕਮਰਿਆਂ ਵਿੱਚ ਪੱਖੇ ਲੱਗੇ ਹੋਏ ਹੜੇ ਸਾਰੇ ਕਮਰਿਆਂ ਵਿੱਚ ਡੈਸਕ ਅਤੇ ਕੁਰਸੀਆਂ ਫੜ ਸਕੂਲ ਵਿੱਚ ਇੱਕ ਵੱਡਾ ਖੇਡ ਮੈਦਾਨ ਵੀ ਹੈ ਮੇਰੇ ਸਕੂਲ ਵਿੱਚ ਦਸਾਂ ਦੇ ਆ ਪਖੜ ਸਾਡੇ ਅਧਿਆਪਕ ਬੜੇ ਬਹਿਦਤੀ ਹੜ ਉਹ ਸਾਨੂੰ ਬੜੀ ਲਗਨ ਨਾਲ ਪੜ੍ਹਾਉਂਦੇ ਹੜ ਸਾਡੇ ਸਕੂਲ ਦੇ ਬੁੱਖੇ ਦੇ ਆਪਕ ਜੀ ਬਹੁਤ ਹੀ ਚੱਕੇ ਅੰਸਾਰ ਹੜ ਪ੍ਰਸ਼ੰਸਾਯਕ ਤੇ ਸੁੰਦਰ ਲਿਖਾਈ ਅਤੇ ਇਹ ਇਸ ਤੋਂ ਬਾਅਦ ਸੌਰੀ ਇੱਕ ਲਾਈਨ ਹੋ ਰਹੀ ਗਈ ਸੀ ਮੈਂ ਆਪਣੇ ਸਕੂਲ ਨੂੰ ਬਹੁਤ ਪਿਆਰ ਕਰਦਾ ਹਾਂ ਤਸ ਉੱਦਰ ਲਿਖਾਈ ਜੇ ਤੁਸੀਂ ਪੇਪਰ ਵਿੱਚ ਕਰੋਗੇ ਤਾਂ ਤੁਹਾਨੂੰ 10 ਮਾਰਕਸ ਮਿਲਣਗੇ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਡਾਹੀ ਪੈ ਸਭ ਨੂੰ ਬਹੁਤ ਬਹੁਤ ਅਗਲੀ ਵੀਡੀਓ ਵਿੱਚ ਇਸ ਵੀਡੀਓ ਨੂੰ ਬੁਰ ਦੇਖਣ ਲਈ ਧੰਨਵਾਦ